टूर्नामेंट जिहड़ी उम्मीदां नाल देखण आंदे आ उहदे विच कामयाब होने चाहीदे आ। दूजी गल है कि इहनां दी सेवा विच किते अगर सब तों कोई कमी रह जावे तां मैनूं बड़ी शर्मिंदगी हुंदी आ। इस करके दिली इच्छा हुंदी है कि जिहड़े प्रबंध आ उह पूरे होण ਤੇ ਜਿਹੜੇ ਉਮੀਦਾਂ ਨਾਲ ਦਰਸ਼ਕ ਆਉਂਦੇ ਆ ਉਸ ਉਤਸ਼ਾਹ ਨਾਲ ਦੇਖ ਕੇ ਜਾਣ, ਆਨੰਦ ਮਨਾ ਕੇ ਜਾਣ ਪੂਰਾ ਟੂਰਨਾਮੈਂਟ। ਹੁਣ ਫਾਈਨਲ ਮੈਚ ਰਹਿ ਗਿਆ ਭਾਜੀ, ਕੀ ਇਹੋ ਜਿਹਾ ਸੰਦੇਸ਼ ਹੈ ਜਿਹੜਾ ਦਰਸ਼ਕਾਂ ਨੂੰ ਜਾਂ ਫਿਰ ਖਿਡਾਰੀਆਂ ਨੂੰ ਦੇਣਾ ਚਾਹੋਗੇ? ਵੀਰੋ, ਅਗਰ ਤੁਹਾਨੂੰ ਟੂਰਨਾਮੈਂਟ ਵਧੀਆ ਲੱਗਿਆ ਪੂਰਾ ਲਲਕਾਰਾ ਮਾਰ ਕੇ ਦੱਸਿਓ, ਅਗਰ ਕਿਤੇ ਕੋਈ ਕਮੀ ਹੋਈ ਤਾਂ ਮੇਰੇ ਕੰਨ ਵਿੱਚ ਆ ਕੇ ਦੱਸ ਦਿਓ, ਅਗਲੀ ਵਾਰ ਸਾਰੇ ਦੀਆਂ ਸਾਰੀਆਂ ਕਮੀਆਂ ਚੱਕ ਲਾਂਗੇ ਅਗਰ ਕੋਈ ਰਹਿ ਗਈ। ਪਰ ਜਿਵੇਂ ਕਬੱਡੀ ਦੇਖਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ ਅਸੀਂ ਮੰਗੂਪੁਰ ਦੀ ਖੇਡ ਕਬੱਡੀ ਕਹਿ ਸਕਦੇ ਹਾਂ ਖੇਡ ਕਮੇਟੀ ਦੇ ਪ੍ਰਧਾਨ ਦੀ ਇੰਟਰਵਿਊ ਸੁਣੀ ਹੀ ਲਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਸਾਡੇ ਲਈ ਸਾਡੇ ਦਰਸ਼ਕ ਹੀ ਸਭ ਕੁਛ ਹਨ, ਅਗਰ ਸਾਡੇ ਟੂਰਨਾਮੈਂਟ ਦੇ ਵਿੱਚ ਕੋਈ ਕਮੀ ਹੈ ਤਾਂ ਸਾਨੂੰ ਜ਼ਰੂਰ ਦੱਸਿਓ। ਅਤੇ ਇੱਕ ਇੰਟਰਵਿਊ ਤੁਹਾਡੇ ਤੱਕ ਹੋਰ ਲੈ ਕੇ ਆਵਾਂਗੇ ਜਿਸ ਦੇ ਵਿੱਚ ਉਹ ਦਰਸ਼ਕਾਂ ਲਈ ਅਤੇ ਸਿਰਫ ਉਹਨਾਂ ਨੂੰ ਹੀ ਰੱਬ ਮੰਨਦੇ ਹਨ ਅਤੇ ਮੰਨਣਾ ਵੀ ਚਾਹੀਦਾ ਕਿਉਂਕਿ ਇਹ ਟੂਰਨਾਮੈਂਟ ਉਹਨਾਂ ਲਈ ਹੀ ਕਰਵਾਏ ਜਾਂਦੇ ਹਨ। ਅਤੇ ਹੁਣ ਰਹੀ ਗੱਲ ਜੋ ਪਲੇਅਰਾਂ ਦੀ, ਦੋਸਤੋ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਲੇਅਰਾਂ ਦਾ ਸਾਰਾ ਦਿਨ ਜ਼ੋਰ ਲੱਗ ਜਾਂਦਾ ਹੈ ਅਤੇ ਉਹਨਾਂ ਤੋਂ ਖੇਡ ਨਹੀਂ ਹੁੰਦਾ, ਪਰ ਇਸ ਤੋਂ ਚੰਗਾ ਹੈ ਕਿ ਉਹ ਟੂਰਨਾਮੈਂਟ 'ਤੇ ਨਾ ਹੀ ਆਇਆ ਕਰਨ ਕਿਉਂਕਿ ਇੱਕ ਸਪੋਰਟਸ ਆ, ਸਪੋਰਟਸ ਨੂੰ ਸਪੋਰਟਸ ਦੀ ਤਰ੍ਹਾਂ ਹੀ ਦੇਖਿਆ ਜਾਵੇ। ਇਸ ਪ੍ਰਕਾਰ ਤਾਂ ਅਗਰ ਕੋਈ ਕ੍ਰਿਕਟ ਦੇ ਮੈਚ ਚੱਲਦੇ ਹਨ ਤਾਂ ਕ੍ਰਿਕਟ ਦੇ ਖਿਡਾਰੀ ਨੂੰ ਲੋਕ ਬਹੁਤ ਦੇਖਣ ਜਾਂਦੇ ਹਨ ਅਤੇ ਮੌਕੇ 'ਤੇ ਜਾ ਕੇ ਉਹ ਵੀ ਕਹਿ ਦਿਆ ਕਰਨ ਕਿ ਸਾਡੀ ਸਿਹਤ ਸਹੀ ਨਹੀਂ ਹੈ, ਅਸੀਂ ਟੂਰਨਾਮੈਂਟ ਨਹੀਂ ਖੇਡਾਂਗੇ। ਉਹਨਾਂ ਨੂੰ ਖੇਡਣਾ ਹੀ ਪੈਂਦਾ ਹੈ। ਅਗਰ ਤੁਸੀਂ ਟੂਰਨਾਮੈਂਟ 'ਤੇ ਆ ਗਏ ਹੋ, ਰਜਿਸਟਰ ਕਰਾ ਦਿੱਤਾ ਹੈ, ਅਗਰ ਨਹੀਂ ਖੇਡਣਾ ਤਾਂ ਕਮੇਟੀ ਨੂੰ ਦੱਸੋ ਕਿਉਂਕਿ ਕਮੇਟੀ ਨੇ ਤੁਹਾਨੂੰ ਸੱਦਿਆ ਹੈ, ਉਹਨਾਂ ਨੇ ਤੁਹਾਨੂੰ ਖਰਚਾ ਦੇਣਾ ਹੈ, ਇਨਾਮ ਦੇਣਾ ਹੈ। ਅਗਰ ਤੁਸੀਂ ਨਹੀਂ ਖੇਡ ਸਕਦੇ ਤਾਂ ਪਹਿਲਾਂ ਕਮੇਟੀ ਅੱਗੇ ਰਿਕੁਐਸਟ ਕੀਤੀ ਜਾ ਸਕਦੀ ਕਿਉਂਕਿ ਇਹ ਸਪੋਰਟਸ ਦੀਆਂ ਆਪਾਂ ਕਹਿ ਸਕਦੇ ਹਾਂ ਕਿ ਰੂਲਸ ਐਂਡ ਰੈਗੂਲੇਸ਼ਨ ਹੁੰਦੀਆਂ ਹਨ। ਧੰਨਵਾਦ ਦੋਸਤੋ।